ਵਾਲਤ ਪੁਣਨਾ ਇਬਾਦਤ ਹੈ ਇਬਤਦਾਏ ਮਜਲਿਸ ਇੱਕ ਸਲਵਾਤ ਪੜੋ ਸਾਰੇ ਬਾ ਜਮਾਤ ਹੋ ਕੇ ਨਾਰੇ ਤਕਬੀਰ ਅੱਲਾਹ ਅਕਬਰ ਨਾਰਾਇ ਰਿਸਾਲਤ ਯਾ ਰਸੂਲ ਅੱਲਾਹ ਨਾਰਾਇ ਹੈਦਰੀ ਯਾ ਅਲੀ ਅਲੈਹਿ ਸਲਾਤੁ ਵਸਲਾਮ ਇਬਾਦਤ ਹੈ ਮਿਲ ਕੇ ਹੈਦਰੀ ਯਾ ਅਲੀ ਅਲੈਹਿ ਸਲਾਤੁ ਵਸਲਾਮ ਦੋ ਚਾਰ ਬੰਦੇ ਸ਼ਾਮਿਲ ਨਹੀਂ ਹੋਏ ਮਿਲਾ ਕੇ ਹੈਦਰੀ ਯਾ ਅਲੀ ਅਲੈਹਿ ਸਲਾਤੁ ਵਸਲਾਮ ਚੌਥਾ ਨਾਰਾ ਹੈਦਰੀ ਯਾ ਅਲੀ ਅਲੈਹਿ ਸਲਾਤੁ ਵਸਲਾਮ ਤਕਮੀਲ ਇਬਾਦਤ ਵਾਸਤੇ ਦੋਵੇਂ ਹੱਥ ਬੁਲੰਦ ਕਰਕੇ ਪੰਜਵਾਂ ਨਾਰਾ ਹੈਦਰੀ ਯਾ ਅਲੀ ਅਲੈਹਿ ਸਲਾਤੁ ਵਸਲਾਮ ਸਲਵਾਤ ਸਾਰੇ ਸਹਿਬਾਨ أعوذ بالله من الشيطان اللعين الرجيم بسم الله الرحمن الرحيم صلوات نستعين وصلى الله على محمد محمد وآل محمد صلي وسلم رب اشرح لي صدري ويسر لي امري وحلل عقدة من لساني يفقهوا قولي بحق لسان صدقان علیا سونی سلوات وصلات وسلام علی سیادات جلیلۃ المخدومۃ المحرومۃ جڑی اجائی زخمی ائی ہائے 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 ان حق میرا سے ابھی ہاں وہ عباس دلاش تے اجڑ کے آئی ائی یقین سارے عزادار تشریف فرماؤ جس جس مقام تے بیٹھے روان دی دعوت میں پیا دا وے عباس دلاش تے اجڑ کے آئی ائی چاچا امام بخش مولا دا سونا ذاکر ਘੱਟ ਬੰਦਿਆਂ ਹੈ ਕੀਤੀ ਅਰਮਾਨ ਲੱਗਾਏ ਮੈਂ ਪਿਆ ਦਾ ਵੇ ਅੱਬਾਸ ਦਿਲਾਸ਼ ਤੇ ਉਜੜ ਕੇ ਆਈਏ ਮਾਂ ਦੀ ਰਸੀਆਂ ਪਾ ਕੇ ਬੈਠੀ ਕੱਪੇ ਹੋਏ ਗੱਲ ਤੇ ਹਾਏ ਵੋ ਬੋਸੇ ਦੇਵੇ ਮੂੰਹ ਵਾਲਾ ਨਾਲ ਲੁਕਾ ਕਰ ਮੈਂ ਕੋਈ ਥੱਕਦਾ ਨਹੀਂ ਪਿਆ ਜੀ ਚਾਚਾ ਬਿਸਮਿਲ੍ਲਾ ਕਰਨਾ ਵੇ ਅੱਬਾਸ ਦਿਲਾਸ਼ ਤੇ ਉਜੜ ਕੇ ਆਈਏ ਮਾਂ ਦੀ ਰਸੀਆਂ ਪਾ ਕੇ
ਬੈਠੀ ਕੱਪੇ ਹੋਏ ਗੱਲ ਤੇ ਬੋਸੇ ਦੇਵੇ ਮੂੰਹ ਵਾਲਾ ਨਾਲ ਲੁਕਾ ਉਸਮੇ ਲੱਗਰਾ ਨਾ ਉਹ ਅੱਬਾਸ ਦਿਲਾਸ ਤੇ ਉਜੜ ਕੇ ਆਈਏ ਮਾਂ ਦੀ ਰੱਸੀਆਂ ਪਾ ਕੇ ਵਾ ਬੈਠੀ ਕੱਪੇ ਹੋਏ ਗੱਲ ਤੇ ਹਾਇਓ ਬੋਸੇ ਦੇਵੇ ਮੂੰਹ ਵਾਲਾ ਨਾਲ ਲੁਕਾ ਕੇ ਰੋ ਕੇ ਆਦਿ ਬੈਠੇ ਸਜਾਦ ਬਚਾਇਆ ਮੈਂ ਬਹੁ ਆਖਾਵਾ ਵਿੱਚੋਂ ਭਾ ਦੇ ਕੰਡ ਤੇ ਜਾ ਕੇ ਮੇਰੇ ਸਰ ਤੂੰ ਚਾਦਰ ਸ਼ਿਮਰ ਲਹਾਈ ਵਾ ਤੇਰੇ ਨਾਂ ਦੀਆਂ ਹਕਲਾਂ ਜੀ ਬਿਸਮਿਲ੍ਲਾ ਕਰਾਂ ਨਾ ਕਰ ਹਰ ਚਿਹਰੇ ਤੇ ਮੇਰੀ ਨਿਗਾਹ ਹੈ ਮੇਰਾ ਦਿਲ ਬਣ ਗਿਆ ਵੈਣ ਉਹ ਸੁਣਾਵਾਂ ਜਿਸ ਤੇ ਵੈਣ ਭਰਾ ਦੀ ਮੋਹਰ ਲੱਗੀ ਹੋਈ ਹੈ ਹਰ ਸ਼ਹੀਦ ਲਾਸ਼ ਦੇ ਪਾਸੇ ਹਸਰਤ ਭਰੀਆਂ ਨਿਗਾਹਾਂ ਵੇਖਣ ਦੇ ਬਾਅਦ ਚਾਚਾ ਇਮਾਮ ਬਖਸ਼ ਅੱਬਾਸ ਦੀ ਲਾਸ਼ ਦੇ ਪਾਸੇ ਵੇਖ ਕੇ ਅਲੀ ਦੀਦੀ ਵੈਣ ਕੀਤਾ ਕਰਬਲਾ ਦੀ ਜ਼ਮੀਨ ਹਲ ਗਈ ਹੈ ਭਰਾ ਦੀ ਲਾਸ਼ ਦੇ ਪਾਸੇ ਵੇਖ ਕੇ ਅਲੀ ਦੀਦੀ ਦੀਆਂ ਅੱਖਾਂ ਵਸਦੀਆਂ ਪਈਆਂ ਹਨ ਰੋ ਰੋ ਕੇ ਆਦੀ ਪਈ ਹੈ ਬੀਬੀ ਆਦੀ ਹੈ ਸੁਲਤਾਨ ਕੜੀਆਂ ਮੇਰੇ ਨਾਲ ਨੀਨਾ ਬੀਬੀਆ ਦੀ ਸੁਲਤਾਨ ਸ਼ਹਾਬਾਜ਼ ਦੀਵਾ ਦੁਨੀਆ ਦਾ ਉੱਠੀ ਵੇਖ ਮੈਂ ਕਿਵੇਂ ਆਈਆ ਵਾਹਨ ਖੁੱਲੇ ਵਾਲ ਨਾਲ ਹੱਥ ਵਿੱਚ ਕੜੀਆਂ ਮੇਰੇ ਨਾਲ ਨੀਨੋ ਭਰ ਜਾਈਆਂ ਬੀਬੀ ਆਦੀ ਤੈ ਸੁਣਿਆ ਨਹੀਂ ਵਾ ਕੁਬਰਾ ਦਾ ਬੁਰਕਾ ਲਾਇ ਨੇਰਿਆਂ ਨਾਲ ਸਿਪਾਹੀਆਂ ਵਾ ਹੁਣ ਸ਼ਾਮ ਦੇ ਪਾਸੇ ਹੈ ਉਹ ਵਹਿੰਦੀ ਪਈਆਂ ਹੈ ਨੀ ਰੱਬ ਦੀਆਂ ਬੇ ਸੈਯਦ ਬਾਦਸ਼ਾਹ ਨੇ ਤੇ ਫਰਮਾਇਆ ਨੇ ਦੱਸ ਅਲੀ ਦੀ ਧੀ ਦੀ ਚਾਦਰ ਲੱਥੀ ਕਿਵੇਂ ਸ਼ਾਹ ਜੀ ਨਾ ਮੈਂ ਪੜ੍ਹ ਸਕਦਾ ਇੱਕ ਕਲੰਦਰ ਦਾ ਦਰਬਾਰ ਹੈ ਅਜ਼ਾਦਾਰ ਬਰਦਾਸ਼ਤ ਕਰੇਂਦੇ ਇੱਜ਼ਤ ਵਾਲੇ ਬਸ ਇਤਨਾ ਯਾਦ ਰੱਖਿਆ ਪਰਦਾ ਹੁਸੈਨ ਨੂੰ ਪਿਆਰਾ ਕਿਤਨਾ ਹੈ ਕਦੇ ਮਜਲਿਸ ਖਤਮ ਹੋਵੇ ਘਰ ਟੁਰ ਵੰਜੇ ਥੋੜੇ ਬੰਦੇ ਮੈਂ ਨਹੀਂ ਸਮਝੇ ਢੇਰ ਸਾਰੇ ਉਹ ਜਿੱਥੇ ਮਜਲਿਸ ਹੋਵੇ ਕੋਈ ਆਵੇ ਨਾ ਆਵੇ ਉਹ ਆਉਂਦੀ ਹੈ ਜਿੰਦਾ ਪਾਸਾ ਜ਼ਖਮੀ ਹੈ ਸਰ ਚ ਵੇ ਉਸ ਬੀਬੀ ਨੂੰ ਮੁਕਾਨ ਦੇਵਣੀ ਹੈ ਆਖਰੀ ਆਇਆ ਮੈਂ ਨਜ਼ਾਈ ਇੱਜ਼ਤ ਵਾਲਿਆਂ ਮੈਂ ਕਿਹਾ ਮਜਲਿਸ ਖਤਮ ਹੋਵੀ ਤਨਹਾਈ ਇੱਥੇ ਨਾ ਬਜ਼ੁਰਗੋ ਇੱਕ ਵਾਰੀ ਸੁੱਚਿਆ ਸਹੀ ਹੁਸੈਨ ਬਾਦਸ਼ਾਹ ਨੂੰ ਬਹਿਣ ਦਾ ਬੁਰਕਾ ਪਿਆਰਾ ਕਿਤਨਾ ਹੈ ਜਿਹੜੇ ਵੇਲੇ ਕੋਈ ਨਸ ਰਹਿ ਗਿਆ ਨਾ ਤੇ ਕਬਜ਼ੇ ਤਲਵਾਰ ਤੇ ਮੱਥਾ ਲਾ ਕੇ ਅਕਬਰ ਦਾ ਬਾਬਾ ਹੌਲੇ ਹੌਲਿਆਂ ਦੇ ਬੈਠਾ ਨਾ ਮਾਰੋ ਮੈਂ ਗਰੀਬ ਹਾਂ ਮੇਰੇ ਖਿਆਲ ਚ ਮੈਂ ਸੌਖਾ ਪੜਿਆ ਤੇ ਤੈਂ ਸੌਖਾ ਸੁਣਿਆ ਰੋਜ਼ ਸੁਣਦਾ ਨਾ ਫਿਤਰਤ ਬਣ ਗਈ ਹੈ ਬੰਦੇ ਦੀ ਕੁਝ ਬੰਦੇ ਹੈਰਾਨ ਹੋ ਗਏ ਮੈਂ ਕਿਹਾ ਆਦਾ ਬੈਠਾ ਨਾ ਮਾਰੋ ਮੈਂ ਗਰੀਬ ਹਾਂ ਚਾਚਾ ਇਮਾਮ ਬਖਸ਼ ਮੇਰਾ ਦਿਲ ਹੈ ਅੱਜ ਇੱਕ ਜੁਮਲੇ 'ਚ ਦੱਸਾਂ ਜ਼ਾਕਰਾਂ ਤੋਂ ਸੁਣਿਆ ਬਾ ਹੁਸੈਨ ਬਾਦਸ਼ਾਹ ਗਰੀਬ ਹੈ ਕਿਬਲਾ ਇਜਾਜ਼ਤ ਦੇਵਿਆ ਨਾਲੇ ਦੁਆ ਕਰਿਆ ਸ਼ਾਇਦਾਂ ਤੂੰ ਮਾਫ਼ੀ ਮੰਗ ਕੇ ਹੁਸੈਨ ਗਰੀਬ ਹੈ ਨਹੀਂ ਇਸ ਮਿੰਬਰ ਦੀ ਕਸਮ ਹੈ ਜਿਤਨਾ ਹੁਸੈਨ ਗਰੀਬ ਹੈ ਨਾ ਉਤਨਾ ਸੱਜਾਦ ਗਰੀਬ ਹੈ
जितना सज्जाद गरीब है उतना हसन गरीब है, जितना हसन गरीब है उतना अली बादशाह गरीब है। तेरी मेरी जुबान च ना गरीब सुनवा दिन जिंदे कोल एक वक्त दी होवे एक वक्त दी ना होवे, डंग दी होवे डंग दी ना होवे, उसनु तेरी मेरी जुबान च गरीब आदन, अरबी च गरीब आदन मुसाफिर नु। कोई बंदा सवाल कर सकता है जाकर मौला दा भाई हर कोई मुसाफिर मने दे हैं, सज्जाद मुसाफिर है, हुसैन मुसाफिर है, बाकर इमाम मुसाफिर है, ये अली बादशाह तो मुसाफिर नहीं, मत बंदे गरीब क्यों आ दिन दिल च कबर हुसैन होवे जुबान रखता होवे बंदा हाय ना करे मैं उसनु शिया नहीं मनेंदा। गरीब इस वास्ते आले मोहम्मद नु छड़े दिन मुल्तान आलेओ याद रखया है गरीब उस नु आ दिन जिस नु धियां दे जनाजे लुकावणे पै जावे, कहनु तो समझ आई उस जिहड़ा बंदा है पिए करेंदे मदीने आले एडे गरीब न बतूल लम लुकावण लगे न शाम दे बारों बेरा दे जेवर चुमके आ दे मैं जो मरना मैनू इथा ही दफने से जिथे शिमर रहा है। सदका 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 मा हुसैन जी बिस्मिल्लाह करना करा बस ढेर पड़ गया थोड़ा पढ़ने मेरे बाद मौला दा सोना जाकर तशरीफ फरमाए जी बिस्मिल्लाह करा मौला दा इज्जतदार जाकर तशरीफ फरमाए ज्यादा पढ़ गया थोड़ा पढ़ने बस इतना याद रखे मैं चादर लथी कीवे जिसन बुरके रोवन नहीं आता पत्थर तीर बेशक न रोवे। मैं ये गल चाचा इमाम बख्श अली लाज की है जो जुल्म सजाद रोवे आ ना तो सिर्फ पानी रोवे आ सजाद जुल्म थोड़ा रोना है सजाद नो गैरत ढेर रोवाया है। इज्जत हुसैन की कसम पर्दा बचावन वास्ते अली दीदी कोशिश की है जब शिमर खयाम चाहे ना अली दीदी यकीन होया बे हुण चादर बचदी नहीं उस वेले अली दीदी सज्जा बाजू शर्त रखे शाह जी माफी दे वै तोड़े हुक्म दे पिया पड़दा इस कमीने ताजियां ने मारन जद ए बाजू जख्मी होए ना वत ए रखिया सी बंदा शिया जड़ा है नहीं कर पिया सकदा वत ए बाजू जख्मी होए ते अली दीदी ए बाजू वत रखे जद ए जख्मी होया वत मेरी जुबान च ताकत नहीं है सी चादर कीवे लहाईए बस इतना याद रखिया है जे तई जींदी रही है ना चादर लहन तो बाद अली दीदी कंड दे बाहर नहीं सम सकी। अल्हम्दुलिल्लाह 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 जेडे मातम दे करंदे बिस्मिल्लाह भाई नौकरा भाई मां हुसैन दे इज्जत देवे बस यो पढ़ना ही इज्जत आलेओ दुआ मंगी कर शल कहें दे मान न मुके मैं क्या दुआ मंगी कर शल कहें दे जी बिस्मिल्लाह मैं बिस्मिल्लाह करन नौकरा मिंबर दी कसम कोशिश बूं कीती इस मैं चाचा नौकरा कोशिश तो बूं कीती इस बुरका बच जावे ते जे दा बुरका बचिया नहीं ना मां दे गल च बई पा के पेशानी चमकिया दी अम्मा मैनू मुकान दे मैं गरीब हां मेरा अब्बास टुट गई है। अल्हम्दुलिल्लाह 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 हर अख च हंजे हर चेहरा गमजदा है हा कि बनता है शिया का जो शिया ना हाय करे तो वत कौन हाय करे बस भाई वतन लिया मेरे वतन के सरदार तशरीफ फरमाए मैं दुआ मंगी कर कहते माण न मुके औखे भेरावन दिया लाशा नो विदा करके टुर पी नहीं जेड़े बंद चुप कर गए हो मैं सवालिया हथ जोड़ के मिन्नत करके सवाल करें ना मैनु हाय करके जवाब देवे कोई घर ऐसा नहीं जिसनु मौत नहीं रोवाया अमीर जनाजे उठते डिठे ने गरीब जनाजे उठते डिठे ने चाचा कोई एक जनाजा विखा जिस घर भेरा द मैयत होवे भैण दे हाथ ए नहीं होवे जरूरी है मैं तीर पत्थर पड़ा तो तू हाय करे ना मान करू ना कर नमाज शिया दा हक है नमाज पढ़नी चाहिए शिया होंगे ही है जो नमाजी हो गए बस एक जुमला एक वैन मेंबर भाई दे हवाले मैं क्या शिया होंगे ही है जो नमाजी हो गए
हथ इंज हैं या इंज हैं जाकेरा दिन भी हथ तां बदया ने चाचा इमाम बख्श भी अली दिया धियां भेरावां दा मातम न कर सके हो सी ठीक है कुछ जाकेरा दिन इस वास्ते हथ बदया ने जुमला आजादारा वास्ते जिन्हें समझ आई वो बंदा हाई जरूर करे से हथ इस वास्ते बदया ने जितने लोग पत्थर मारन आले हो ना अली दियां धियां अपने आप न बचा न सके भाई हथा नाल ही दिफा होंगे ना हथ बदे नहीं मेरा दिल नहीं मनेंदा इन करबला ऐलान कीता ही गजनफर भाई बे अस बागी मारे है बागी आ जड़ा नमाज ना पढ़दा इन हथ बदन बे जमाने नु पता लगे हथ बदिया नाल नमाज पढ़नी औखी होंदी है मर्द नहीं पढ़ सकदा ते मस्तूर हैं हथ बदे उस नमाज ना पढ़ सकसन करबला तो शाम दे जिंदान ते पढ़ो ना मकतल 1600 मील दे सफर च ऐलान हिको करेंदे ने पत्थर मारो बागी दी बेड़ी आ गई है इज्जत हुसैन की कसम है जदा शाम दे बाजार च ना इन पत्थर मारे ना रश वधे जले रश वधे ने ताजिया ने मार के उठ उठावने शुरू कीते उठ उठी दे एक इो जी उठाई जी पेशानी जख्मी हो गई है खून जा रही है मगर उठया नहीं बाकी हैवान दे पास वेख के दिन इतने कोड़े खा ले नहीं जख्मी हो गई है मगर उठया क्यों ने ए हैवान इन्हां दे पास वेख के अपनी बोली ये चाहता किवें उठी वहां वो तवेला ही जदा कंड ते अली दी थी नमाज पे पढ़ दी आई आदे हाथ रुके हो जाए न मैं उठी वा मताली दिया दिया जड़ बोलना अल्हम्दुलिल्लाह 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 बस थाई बार सुनो सदके भाई हाँ नमाज पे पढ़ दी है औखा बिरा बचाया स बिरा तौहीद बचाइए 9 घंटे च भैन भिरा बचाया पौने 2 साल वक्त इतने बस याद रखे बाजार का एक हिस्सा अबूर कीर्तन पढ़ना में कुछ हो रही किबला हुक्म च कीते ते मैं चलो इत एक भैन सुनो बाजार का एक हिस्सा अबूर कीर्तन दुआ मंगी कर शाला अमीर गरीब ना होवे जे अमीर गरीब हो जावे वत वो बंदा न मिले जाए वस्ता डिठा हो शरीफ वास्ते मौत होंगी इज्जत आलियो जे बाजार दा एक हिस्सा बोल कीर्तन ऐलान होए ना पत्थर मारो बागी आ गए इथा ही मकान दी छत ना मालिक अश्तर दी धिया खड़ी जिंदा नाम फर्राए इंतकाम मुख्तार किताब दा ना है इफरा कनीजा नाल लेके मकान दी छत आई सक वे खत सही बागे कितों दे वसदे ए मुसलमान क्यों पे मरेंदे जेड़े आजादार नहीं जानदे ना ए फर्रा ओ हे जे कूफे अली बादशाह दी धियां तो कुरान पढ़े आई मदीने इमाम सज्जाद दियां जुतियां सफा करे दी है यो सतर जन जेने चो अगली सतर ते वैन करे सी ए मकान दी छत आईए किस्मत आखा मुकद्दर आखा तकदीर द लिखे आखा जी बिस्मिल्लाह जी मालिक अश्तर दी धीए जेदा नाम फर्रा है किताब दा नाम इंतकाम मुख्तार है ए मकान दी छत जेड़े वेले बाजार च सज्जाद दा गुजर होया ना दसों च हालत के है गल च वजन तो गई पैर च बेड़ियां हैं हथों च हथ कड़ियां हैं हर कोई पानी रोंदा ए खून वधा रोंदा ए कमर झुकी हुई है फर्रा मकान दी छत ते जिन सतर याद है ना मदीने इमाम सज्जाद दियां जुतियां सफा करेंदी आई ए मकान दी छत तो झुकी है इमाम दे पास वेख के आ दिए कैदी मेरा सलाम होवी इमाम दी आवाज पयां दे फर्रा मेरे सलाम होवी
ਫਰਾ ਦੀ ਆਵਾਜ਼ ਪਿਆ ਦੀ ਕਹਿਦੀਆ ਚਿਹਰੇ ਤੂੰ ਸ਼ਰੀਰ ਮਲੂਮ ਆਉਂਦਾ ਹੈ ਤੈਨੂੰ ਪਤਾ ਹੀ ਨਹੀਂ ਬਾਜ਼ਾਰਾਂ ਚ ਧੀਆਂ ਦੇ ਨਾਂ ਨਹੀਂ ਜਮੀਂਦੇ ਕੈਦੀ ਨੌਵਿਆਂ ਮੈਂ ਤੈਨੂੰ ਸਦਾ ਦੇਵਾਂ ਮੈਂ ਮਾਲਕ ਇਸ਼ਤਰ ਦਿੱਤੀਆਂ ਬੰਦਾ ਸ਼ੀਆ ਹੋਵੇ ਹਾਏ ਨਾ ਕਰੇ ਹੋ ਨਹੀਂ ਸਕਦਾ ਇਮਾਨ ਦੀ ਰੱਤ ਵੱਧ ਗਈ ਹੈ ਫਰਮੈਂਦਰ ਫਰਾ ਤਾਈ ਗਰੀਬ ਸਮਝ ਆਏ ਫਰਾ ਮਾਣ ਜੋ ਪਈ ਕਰੇ ਦੀ ਹੈ ਤੂੰ ਮਾਲਕ ਇਸ਼ਤਰ ਦਿੱਤੀ ਹੈ ਮੈਨੂੰ ਸੁਜਾਣ ਮੈਂ ਹੁਸੈਨ ਦਾ ਪੁੱਤਰਾ ਹੁਸੈਨ ਦਾ ਨਾਮ ਆਉਣਾ ਦੀ ਅਲਮਾਨ ਕਰ ਕਿਹੜਾ ਹੁਸੈਨ ਕਿੱਥੋਂ ਦਾ ਵਸਦਾ ਸੈਯਦਾ ਦਾ ਮਦੀਨੇ ਦਾ ਵਸਦਾ ਮਦੀਨੇ ਦਾ ਨਾਮ ਆਉਣਾ ਫਰਾ ਦੀ ਆਵਾਜ਼ ਪਈਆਂ ਦੀ ਅੱਲਾ ਦੇ ਨਾਂ ਤੇ ਰਸਾ ਕਿਹੜਾ ਪੁੱਤਰੇ ਕਦੀ ਮੈਂ ਕਨੀਜ਼ ਰਹੀ ਹਾਂ ਇਮਾਮ ਦੀ ਆਵਾਜ਼ ਆਉਂਦੀ ਹੈ ਜਿਹਦੀ ਕਨੀਜ਼ ਆਵੇ ਸੁਜਾਣ ਉਹ ਸਜਾਦ ਮੈਂ ਇੰਜ ਨਹੀਂ ਨਾ ਇੰਜ ਨਹੀਂ ਪੜਾ ਸਜਾਦ ਦੀ ਗੁਰਬਤ ਤੇ ਤੂੰ ਹੈ ਨਕਰੇ ਮਿੰਬਰ ਹੁਸੈਨ ਦੀ ਕਸਮ ਹੈ ਜਿਹੜੇ ਵੇਲੇ ਫਰਾ ਨੂੰ ਇਲਮ ਹੋਇਆ ਜੋ ਸਜਾਦ ਕੈਦ ਹੋ ਕੇ ਬਾਜ਼ਾਰ ਆ ਗਿਆ ਹੈ ਜਲਦੀ ਨਾਲ ਸੱਟ ਮਾਰ ਗਿਆ ਦੇ ਇਬਰਾਹੀਮ ਫਿਰਾ ਜਲਦੀ ਆ ਸਜਾਦ ਕੈਦ ਹੋ ਕੇ ਬਾਜ਼ਾਰ ਆ ਗਈ ਹੈ ਇਬਰਾਹੀਮ ਮਕਾਨ ਦੀ ਛੱਤ ਤੇ ਆਇਆ ਇਮਾਮ ਦੀ ਨਿਗਾਹ ਪੈ ਗਈ ਹੈ ਰੋ ਰੋ ਕੇ ਸੈਯਦਾਂ ਦਾ ਪਿਆ ਇਬਰਾਹੀਮ ਮਿੰਨਤ ਲਾ ਪਰਦਾ ਕਰਵਾਂ ਹਾਏ ਮੌਲਾ ਤੁਹਾਡੀ ਜ਼ਿਆਰਤ ਨਗਰ ਸੈਯਦਾਂ ਨਰਵਾ ਕੱਲਾ ਨਹੀਂ ਨਾਲ ਜ਼ੈਨਬ ਇਬਰਾਹੀਮ ਹੁਸੈਨ ਮਰ ਗਿਆ ਹੈ ਕੈਦ ਹੋ ਕੇ ਬਾਜ਼ਾਰ ਆ ਗਈ ਹਨ ਇੱਜ਼ਤ ਲਿਓ ਜਿਹੜੇ ਵੇਲੇ ਇਬਰਾਹੀਮ ਨੂੰ ਇਲਮ ਹੋਇਆ ਜੋ ਸਜਾਦ ਕੱਲਾ ਨਹੀਂ ਨਾਲ ਲੀ ਦੀਆਂ ਧੀਆਂ ਫਰਾ ਨੂੰ ਇਲਮ ਹੋਇਆ ਚਾਦਰ ਲਹਾ ਕੇ ਜਲਦੀ ਨਾਲ ਬਾਜ਼ਾਰ ਜਾਈਏ ਇਮਾਮ ਦੇ ਕਦਮਾਂ ਦੇ ਹੱਥ ਲਾ ਕੇ ਸਲਾਮ ਕਰਨ ਦੇ ਬਾਅਦ ਤੁਰ ਪਈਏ ਵਤਨ ਵਾਲੇ ਉੱਥੇ ਆਈਏ ਜਿੱਥੇ ਅਲੀ ਦੀਆਂ ਧੀਆਂ ਖੜੀਆਂ ਹਨ ਹੱਥ ਜੋੜ ਕੇ ਆ ਜੇ ਬੀਬੀ ਅੱਲਾ ਦੇ ਨਾਂ ਦੇ ਰਸਾ ਸੋਹਣੀ ਪਈ ਵਸਦੀ ਆਵੇ ਵਤਨ ਕਿਵੇਂ ਛੁੱਟ ਗਈ ਆਈ ਕਰਬਲਾ ਕਿਵੇਂ ਆਈਏ ਬਦਸ਼ਾਮ ਕਿਵੇਂ ਆਈਏ ਬੀਬੀਆਂ ਦੇ ਨਰਵਾ 28 ਰਜਬ ਦਾ ਸਾਥ ਮਦੀਨਾ ਛੁੱਟ ਗਈ ਆਈ ਹੈ ਦੋਨੋਂ ਕਰਬਲਾ ਆਈਆਂ ਬੀਬੀਆਂ ਦੇ ਸਾਥ ਨੂੰ ਮੇਰਾ ਪਾਣੀ ਮੰਦ ਹੋਇਆ 8 ਗੁਜ਼ਰੀ 9 ਬੀਬੀਆਂ ਦੇ ਅੱਗੇ ਰਸਾਂ ਦਾ ਮੁਹਰਮ ਆਈ ਮੇਰੇ ਅਕਬਰ ਦੀ ਲਾਸ਼ ਖੈਮੇ ਆਈ ਆਈ ਅਸਾਂ ਅਕਬਰ ਨੂੰ ਵਧੀਆਂ ਰੋਂਦੀਆਂ ਸੇ ਆਵਾਜ਼ ਆਈ ਆਲੀਆ ਹੁਣ ਕਾਸਮ ਜਣਗੀ ਆਇਆ ਕਾਸਮ ਦੇ ਵੈਨ ਬੁਲਾਉਂਦਾ ਹੈ ਆਵਾਜ਼ ਆਈ ਆਈ ਉਹਨੂੰ ਮੁਹੰਮਦ ਜਣ ਗਏ ਜਿਹਦਾ ਸੀਨਾ ਦੁਖਦਾ ਹੋਵੇ ਬੰਦਾ ਮਾਤਮ ਨ ਕਰੇ ਵਤ ਆਵਾਜ਼ ਆਈ ਆਲੀਆ ਹੁਣ ਅਬਦੁੱਲਾ ਜਣਗੀ ਆਇਆ ਕਦਮਾਂ ਤੇ ਹੱਥ ਲਾ ਗਿਆ ਦੇ ਬੀਬੀ ਨਾ ਪੁੱਛਦੀ ਅਕਬਰ ਦਾ ਨਾ ਪੁੱਛਦੀ ਕਾਸਮ ਦਾ ਅੱਲਾ ਦੇ ਨਾਂ ਤੇ ਦੱਸਾ ਵਾ